ਅਮਰੀਕਾ ਦੇ ਨਿਊ ਜਰਸੀ ਵਿੱਚ ਰਹਿੰਦੀ ਫਿਰੋਜ਼ਾ ਦਾ ਇੱਕ ਵੀਡੀਓ ਟਿਕਟੌਕ ਤੇ ਟਵਿੱਟਰ ਤੇ 50 ਲੱਖ ਵਾਰੀ ਦੇਖਿਆ ਜਾ ਚੁੱਕਿਆ ਹੈ ਆਪਣੀਆਂ ਪਲਕਾਂ ਨੂੰ ਇੰਜ ਕਰਲ ਕਰੋ ਅਤੇ ਫਿਰ ਫੋਨ ਤੋਂ ਸਰਚ ਕਰੋ ਕਿ ਚੀਨ ਵਿੱਚ ਕੀ ਹੋ ਰਿਹਾ ਹੈ ਕਿਵੇਂ ਮੁਸਲਮਾਨਾਂ ਨੂੰ ਕੈਦ ਕਰਕੇ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਹੈ ਇਸ 17 ਸਾਲਾ ਕੁੜੀ ਨੇ ਮੇਕਅਪ ਬਹਾਨੇ ਉਹ ਗੱਲ ਕੀਤੀ ਜਿਸ ਬਾਰੇ ਸਰਕਾਰਾਂ ਚੁੱਪ ਨੇ ਇੱਕ ਮੁਸਲਮਾਨ ਹੋਣ ਦੇ ਨਾਤੇ ਮੈਂ ਹਮੇਸ਼ਾ ਜ਼ੁਲਮ ਅਤੇ ਨਸਲਵਾਦ ਦਾ ਸਾਹਮਣਾ ਕੀਤਾ ਪਰ ਇਹ ਦੇਖਣਾ ਕਿ ਇਹ ਨਸਲੀ ਸਮੂਹ ਉਹ ਸਭ ਚੱਲ ਰਿਹਾ ਹੈ ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਮੈਨੂੰ ਲੱਗਿਆ ਕਿ ਇਹ ਸਹੀ ਨਹੀਂ ਹੈ ਅਤੇ ਮੈਨੂੰ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਟਿਕਟੌਕ ਚੀਨ ਦੀ ਬਾਈਡਾਂਸ ਕੰਪਨੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਸ ਉੱਤੇ ਪਾਏ ਜਾਂਦੇ ਕੰਟੈਂਟ ਕਾਰਨ ਕਈ ਵਾਰੀ ਟਿਕਟੌਕ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਫਿਰੋਜ਼ਾ ਵੱਲੋਂ ਇਹ ਵੀਡੀਓ ਪਾਏ ਜਾਣ ਤੋਂ ਬਾਅਦ ਜਲਦੀ ਹੀ ਉਸ ਦਾ ਟਿਕਟੌਕ ਅਕਾਊਂਟ ਬੰਦ ਕਰ ਦਿੱਤਾ ਗਿਆ ਤੇ ਉਹ ਆਪਣੇ ਫੋਨ ਤੋਂ ਉਸ ਉੱਤੇ ਕੋਈ ਵੀ ਪੋਸਟ ਨਹੀਂ ਕਰ پا ਰਹੀ ਸੀ ਟਿਕਟੌਕ ਦਾ ਕਹਿਣਾ ਹੈ ਕਿ ਅਕਾਊਂਟ ਬੰਦ ਹੋਣਾ ਇਨਸਾਨੀ ਭੁੱਲ ਸੀ ਤੇ ਵੀਗਰ ਮੁਸਲਮਾਨਾ ਬਾਰੇ ਪਾਏ ਗਏ ਫਿਰੋਜ਼ਾ ਦੇ ਵੀਡੀਓ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ ਫਿਰੋਜ਼ਾ ਨੂੰ ਇਸ ਤੇ ਵਿਸ਼ਵਾਸ ਨਹੀਂ ਹੈ ਕੰਪਨੀ ਨੇ ਹੁਣ ਮਾਫੀ ਮੰਗ ਲਈ ਹੈ ਅਤੇ ਉਸ ਦਾ ਟਿਕਟੌਕ ਅਕਾਊਂਟ ਫਿਰ ਤੋਂ ਚਲਾ ਦਿੱਤਾ ਹੈ